ਪਟਿਆਲਾ ਦੇ ਵਿੱਚ ਜਨਮ ਦਿਨ ਤੇ ਕੇਕ ਖਾਣ ਦੇ ਨਾਲ 10 ਸਾਲਾ ਬੱਚੀ ਦੀ ਹੋਈ ਮੌਤ। ਆਨਲਾਈਨ ਆਰਡਰ ਕਰਕੇ ਮੰਗਵਾਇਆ ਗਿਆ ਸੀ ਕੇਕ, ਪੁਲਿਸ ਨੇ ਬੇਕਰੀ ਮਾਲਕ ਤੇ ਦਰਜ ਕੀਤਾ ਪਰਚਾ। ਚੰਡੀਗੜ੍ਹ 'ਚ PGI ਦੇ ਆਪਰੇਸ਼ਨ ਥੀਏਟਰ ਦੇ ਵਿੱਚ ਲੱਗੀ ਅੱਗ, ਹਾਦਸੇ ਵੇਲੇ ਅੰਦਰ ਚੱਲ ਰਿਹਾ ਸੀ ਆਪਰੇਸ਼ਨ, ਮਰੀਜ਼ ਨੂੰ ਤੁਰੰਤ ਦੂਜੇ ਆਪਰੇਸ਼ਨ ਥੀਏਟਰ ਦੇ ਵਿੱਚ ਕੀਤਾ ਗਿਆ ਸ਼ਿਫਟ। ਆਪ ਵਿਧਾਇਕ ਗੋਲਡੀ ਕੰਬੋਜ ਦੀ ਸ਼ਿਕਾਇਤ ਤੇ FIR ਦਰਜ, MLA ਨੇ ਵਿਦੇਸ਼ ਦੇ ਨੰਬਰ ਤੋਂ ਕਾਲ ਆਉਣ ਦਾ ਕੀਤਾ ਸੀ ਦਾਅਵਾ, ਕਿਹਾ ਸੀ ਆਪ ਛੱਡ BJP ਦੇ ਵਿੱਚ ਸ਼ਾਮਲ ਹੋਣ ਦੇ ਲਈ ਬਣਾਇਆ ਦਬਾਅ, 25 ਕਰੋੜ ਤੱਕ ਕੀਤਾ ਗਿਆ ਆਫਰ। ਐਕਸਾਈਜ਼ ਪਾਲਿਸੀ ਕੇਸ ਦੇ ਵਿੱਚ ਦਿੱਲੀ ਦਾ ਇੱਕ ਹੋਰ ਮੰਤਰੀ ਤਲਬ, ਦਿੱਲੀ ਦੇ ਵਿੱਚ ਕੈਲਾਸ਼ ਗਹਿਲੋਤ ਤੋਂ ਪੁੱਛਗਿੱਛ ਕਰ ਰਹੀ ਹੈ ED, ਇਸੇ ਕੇਸ ਦੇ ਵਿੱਚ ਗ੍ਰਿਫਤਾਰ ਨੇ ਕੇਜਰੀਵਾਲ। ਇਨਕਮ ਟੈਕਸ ਦੇ ਨੋਟਿਸ ਤੇ ਕਾਂਗਰਸ ਦਾ ਵੱਡਾ ਦਾਅਵਾ, ਕਿਹਾ ਕੱਲ੍ਹ ਰਾਤ ਫਿਰ ਸਾਨੂੰ ਮਿਲੇ ਹੋਰ 2 ਨੋਟਿਸ, ਕੱਲ IT ਨੇ ਕਾਂਗਰਸ ਨੂੰ ਭੇਜਿਆ ਸੀ 1700 ਕਰੋੜ ਦਾ ਡਿਮਾਂਡ ਨੋਟਿਸ। ਇਨਕਮ ਟੈਕਸ ਦੇ ਨੋਟਿਸ ਦੇ ਖਿਲਾਫ ਕਾਂਗਰਸ ਦਾ ਹੱਲਾ ਬੋਲ, ਕਾਂਗਰਸ ਦੇ ਵੱਲੋਂ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ, ਕਾਂਗਰਸ ਦਾ ਇਲਜ਼ਾਮ ਵਿਰੋਧੀਆਂ ਦਾ ਦਮਨ ਕਰ ਰਹੀ ਹੈ BJP। ਪੰਜਾਬ 'ਚ ਬੰਦ ਕੀਤੇ ਜਾ ਰਹੇ 2 ਹੋਰ ਟੋਲ ਪਲਾਜ਼ਾ, ਲੁਧਿਆਣਾ ਤੋਂ ਬਰਨਾਲਾ ਰੋਡ ਤੇ ਮੁੱਲਾਪੁਰ ਅਤੇ ਮਹਿਲ ਕਲਾਂ ਟੋਲ ਹੋਣ ਜਾ ਰਹੇ ਨੇ ਬੰਦ, CM ਮਾਨ ਨੇ ਕੀਤਾ ਐਲਾਨ। ਮੁਖਤਾਰ ਅੰਸਾਰੀ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਹਾਰਟ ਅਟੈਕ ਦੱਸੀ ਗਈ ਮੌਤ ਦੀ ਵਜ੍ਹਾ, ਗਾਜ਼ੀਪੁਰ ਦੇ ਕਬਰਿਸਤਾਨ ਦੇ ਵਿੱਚ ਅੰਸਾਰੀ ਨੂੰ ਕੀਤਾ ਗਿਆ ਸਪੁਰਦ ਦੇ ਖਾਕ। ਜਲੰਧਰ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਕਈ ਰਾਊਂਡ ਫਾਇਰਿੰਗ, ਮੁੱਠਭੇੜ ਤੋਂ ਬਾਅਦ ਪ੍ਰੇਮਾ ਲਾਹੌਰੀਆ ਤੇ ਵਿੱਕੀ ਕਾਊਂਟਰ ਗੈਂਗ ਦੇ 4 ਬਦਮਾਸ਼ ਕਾਬੂ, 6 ਪਿਸਤੌਲ ਤੇ ਕਾਰਤੂਸ ਦੀ ਰਿਕਵਰੀ। ਗੁਰਦੁਆਰਾ ਨਾਨਕ ਮੱਤਾ ਦੇ ਵਿੱਚ ਬਾਬਾ ਤਰਸੇਮ ਸਿੰਘ ਦੇ ਕਤਲ ਮਾਮਲੇ ਦੇ ਵਿੱਚ FIR ਦਰਜ, ਗੁਰਦੁਆਰੇ ਦੇ ਪ੍ਰਧਾਨ ਰਿਟਾਇਰਡ IAS ਹਰਬੰਸ ਚੁੱਗ ਨਾਮਜ਼ਦ, ਗੁਰੂ ਘਰ ਦੇ ਵਿੱਚ ਵੜ ਕੇ 2 ਲੋਕਾਂ ਨੇ ਬਾਬਾ ਤਰਸੇਮ ਨੂੰ ਸ਼ਰਿਆਂ ਮਾਰੀਆਂ ਸਨ ਗੋਲੀਆਂ। ਮੀਂਹ ਹਨੇਰੀ ਨੇ ਫਸਲਾਂ ਨੂੰ ਪਹੁੰਚਾਇਆ ਨੁਕਸਾਨ, ਖੇਤਾਂ ਦੇ ਵਿੱਚ ਵਿਛੀ ਪੱਕਣ ਕੰਢੇ ਆਈ ਕਣਕ, ਕਿਸਾਨਾਂ ਨੂੰ ਝਾੜ ਘਟਣ ਦਾ ਸਤਾਰਿਆ ਡਰ, ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਦੇ ਲਈ ਮੁਆਵਜ਼ੇ ਦੀ ਕੀਤੀ ਮੰਗ। ਸਾਬਕਾ ਪ੍ਰਧਾਨ ਮੰਤਰੀ ਨਰਸਿਮਾ ਰਾਓ ਸਮੇਤ 4 ਉੱਗੀਆਂ ਸ਼ਖਸੀਅਤਾਂ ਨੂੰ ਮਰਨ ਉਪਰੰਤ ਮਿਲਿਆ ਭਾਰਤ ਰਤਨ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਦਿੱਤਾ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ, ਕੱਲ੍ਹ ਲਾਲ ਕ੍ਰਿਸ਼ਨ ਅਡਵਾਨੀ ਨੂੰ ਘਰ ਜਾ ਕੇ ਕਰਨਗੇ ਸਨਮਾਨਿਤ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ, ਮੈਂ ਪਰਮਿੰਦਰ ਸਿੰਘ ਤੇਜਾ, ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ, ਅਜਿਹੀ ਖਬਰ, ਅਜਿਹਾ ਮਾਮਲਾ ਜਿਹੜਾ ਕਿ ਹੈਰਾਨ ਕਰ ਦੇਣ ਵਾਲਾ ਹੈ, ਰੋਂਗਟੇ ਖੜਾ ਕਰ ਦੇਣ ਵਾਲਾ ਹੈ। ਦਰਅਸਲ ਪਟਿਆਲਾ ਦੇ ਨਾਲ ਜੁੜੀ ਹੈ ਵੱਡੀ ਖਬਰ, ਜਿੱਥੇ ਕਿ ਜਨਮ ਦਿਨ ਤੇ ਕੇਕ ਖਾਣ ਦੇ ਨਾਲ ਬੱਚੀ ਦੀ ਮੌਤ ਹੋਈ ਹੈ। 10 ਸਾਲਾ ਮਾਨਵੀ ਦੀ ਕੇਕ ਖਾਣ ਦੇ ਨਾਲ ਮੌਤ ਹੋਈ ਹੈ। ਕੇਕ ਖਾਣ ਤੋਂ ਬਾਅਦ ਅਚਾਨਕ ਬੱਚੀ ਦੀ ਤਬੀਅਤ ਵਿਗੜ ਗਈ ਸੀ ਤੇ ਪਰਿਵਾਰ ਨੇ ਇੱਕ ਬੇਕਰੀ ਤੋਂ ਦਰਅਸਲ ਇਹ ਕੇਕ ਮੰਗਵਾਇਆ ਸੀਗਾ। ਬੇਕਰੀ ਮਾਲਕ ਤੇ ਪੁਲਿਸ ਨੇ ਕੇਸ ਦਰਜ ਕਰ ਲਿਆ। ਪਟਿਆਲਾ ਦੇ ਨਾਲ ਜੁੜੀ ਹੋਈ ਵੱਡੀ ਖਬਰ, ਜਿੱਥੇ ਕਿ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਜਨਮ ਦਿਨ ਤੇ ਕੇਕ ਖਾਣ ਦੇ ਨਾਲ ਬੱਚੀ ਦੀ ਮੌਤ ਹੋ ਜਾਂਦੀ ਹੈ। ਇੱਕ ਕੇਕ ਜਿਹੜਾ ਕਿ ਜਾਨਲੇਵਾ ਸਾਬਤ ਹੋਇਆ, ਇੱਕ ਪਰਿਵਾਰ ਵਾਸਤੇ, ਇੱਕ ਬੱਚੀ ਵਾਸਤੇ ਘਾਤਕ ਸਾਬਤ ਹੋ ਗਿਆ। 10 ਸਾਲਾ ਮਾਨਵੀ ਦੀ ਕੇਕ ਖਾਣ ਦੇ ਨਾਲ ਜਾਨ ਚਲੀ ਗਈ। ਕੇਕ ਖਾਣ ਤੋਂ ਬਾਅਦ ਦਰਅਸਲ ਅਚਾਨਕ ਬੱਚੀ ਦੀ ਤਬੀਅਤ ਵਿਗੜ ਗਈ ਸੀ। ਪਰਿਵਾਰ ਨੇ ਇੱਕ ਬੇਕਰੀ ਤੋਂ ਇਹ ਕੇਕ ਮੰਗਵਾਇਆ ਸੀਗਾ, ਤੁਹਾਨੂੰ ਇਹ ਤਸਵੀਰਾਂ ਵੀ ਵਿਖਾ ਰਹੇ ਹਾਂ ਇਸ ਬੱਚੀ ਦੀਆਂ, ਜਿਸਦੀ ਕਿ ਕੇਕ ਖਾਣ ਦੇ ਨਾਲ ਜਾਨ ਚਲੀ ਜਾਂਦੀ ਹੈ। ਸੋ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿ ਇੱਕ ਬੇਕਰੀ ਤੋਂ ਕੇਕ ਮੰਗਵਾਇਆ ਜਾਂਦਾ ਹੈ,
ਤੇ ਉਹੀ ਮੌਤ ਦੀ ਇਸ ਬੱਚੀ ਦੀ ਮੌਤ ਦੀ ਵਜ੍ਹਾ ਬਣ ਜਾਂਦਾ ਹੈ। ਹੁਣ ਵੱਡਾ ਸਵਾਲ ਹੈ ਕਿ ਆਖਿਰਕਾਰ ਕਿਵੇਂ ਇਹ ਕੇਕ ਤਿਆਰ ਕੀਤਾ ਗਿਆ, ਕੇਕ ਦੇ ਵਿੱਚ ਆਖਿਰਕਾਰ ਕੀ ਅਜਿਹਾ ਪਾਇਆ ਗਿਆ ਕਿ ਉਹ ਕੇਕ ਇੱਕ ਬੱਚੀ ਦੇ ਲਈ ਘਾਤਕ ਸਾਬਤ ਹੋ ਜਾਂਦਾ, ਇੱਕ ਮੌਤ ਸਾਬਤ ਹੁੰਦਾ ਉਹ ਕੇਕ ਬੇਕਰੀ ਮਾਲਕ ਤੇ। ਹਾਲਾਂਕਿ ਪੁਲਿਸ ਦੇ ਵੱਲੋਂ ਕੇਸ ਵੀ ਦਰਜ ਕਰ ਲਿਆ ਗਿਆ, ਹਾਲਾਂਕਿ ਪੂਰਾ ਜਾਂਚ ਦਾ ਵਿਸ਼ਾ ਹੈ ਕਿ ਕਦੋਂ ਇਹ ਕੇਕ ਬਣਾਇਆ ਗਿਆ, ਉਸਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਇਸਤੇਮਾਲ ਕੀਤਾ ਗਿਆ। ਜਾਂਚ ਤੋਂ ਬਾਅਦ ਜਿਹੜੇ ਕਿ ਤੱਥ ਸਾਹਮਣੇ ਆਉਣਗੇ, ਪਰ ਆਪਣੇ ਆਪ ਦੇ ਵਿੱਚ ਬਹੁਤ ਦੁਖਦਾਈ ਵੀ ਖਬਰ ਹੈ, ਹੈਰਾਨ ਕਰਨ ਵਾਲੀ ਖਬਰ ਹੈ, ਰੌਂਗਟੇ ਖੜੇ ਕਰ ਦੇਣ ਵਾਲੀ ਖਬਰ ਹੈ ਕਿ ਪਟਿਆਲਾ ਦੇ ਜਿੱਥੇ ਕਿ ਜਨਮ ਦਿਨ ਤੇ ਕੇਕ ਖਾਣ ਦੇ ਨਾਲ ਇਹ ਬੱਚੀ ਦੀ ਮੌਤ ਹੋਈ ਹੈ। ਤੁਹਾਨੂੰ ਤਸਵੀਰਾਂ ਵਿਖਾ ਰਿਹਾ, ਦਰਅਸਲ ਜਦੋਂ ਇਹ ਕੇਕ ਕੱਟਿਆ ਜਾ ਰਿਹਾ ਸੀਗਾ, ਇੱਕ ਦੂਜੇ ਨੂੰ ਕੇਕ ਖਵਾਇਆ ਜਾ ਰਿਹਾ ਸੀਗਾ, ਤੇ ਇਸੇ ਦੌਰਾਨ ਹੀ ਇਸ ਬੱਚੀ ਦੀ 10 ਸਾਲਾ ਮਾਨਵੀ ਦੀ ਕੇਕ ਖਾਣ ਦੇ ਨਾਲ ਮੌਤ ਹੋ ਜਾਂਦੀ ਹੈ। ਦਰਅਸਲ ਇਸਦਾ ਹੀ ਬੱਚੀ ਦਾ ਜਨਮ ਦਿਨ ਸੀਗਾ ਤੇ ਇਸਦੇ ਜਨਮ ਦਿਨ ਤੇ ਹੀ ਬੇਕਰੀ ਤੋਂ ਜਿਹੜਾ ਕੇਕ ਮੰਗਵਾਇਆ ਜਾਂਦਾ, ਕੇਕ ਕੱਟਿਆ ਜਾਂਦਾ, ਉਸ ਤੋਂ ਬਾਅਦ ਜਦੋਂ ਬੱਚੀ ਦੇ ਵੱਲੋਂ ਕੇਕ ਖਾਇਆ ਜਾਂਦਾ ਤੇ ਇਸਦੇ ਬਾਅਦ ਹੀ ਇਸ ਬੱਚੀ ਦੀ ਤਬੀਅਤ ਵਿਗੜ ਜਾਂਦੀ ਹੈ ਤੇ ਕੇਕ ਖਾਣ ਤੋਂ ਬਾਅਦ ਇਸ ਬੱਚੀ ਦੀ ਜਾਨ ਚਲੀ ਜਾਂਦੀ ਹੈ। ਤੁਹਾਨੂੰ ਤਸਵੀਰਾਂ ਵੀ ਵਿਖਾ ਰਹੇ ਹਾਂ ਇਸ ਬੱਚੀ ਦੀਆਂ, ਜਿਸਦੇ ਜਨਮ ਦਿਨ ਤੇ ਦਰਅਸਲ ਬੇਕਰੀ ਤੋਂ ਇਹ ਕੇਕ ਮੰਗਵਾਇਆ ਜਾਂਦਾ। ਹੁਣ ਸਿੱਧਾ ਰੁੱਖ ਕਰਦੇ ਹਾਂ ਪਟਿਆਲਾ ਦਾ, ਜਿੱਥੋਂ ਕਿ ਮੇਰੇ ਸਹਿਯੋਗੀ ਮਨੋਜ ਸ਼ਰਮਾ ਲਾਈਵ ਜੁੜ ਚੁੱਕੇ ਨੇ। ਮਨੋਜ, ਆਪਣੇ ਆਪ ਦੇ ਵਿੱਚ ਰੌਂਗਟੇ ਖੜੇ ਕਰ ਦੇਣ ਵਾਲਾ ਮਾਮਲਾ, ਹੈਰਾਨ ਕਰ ਦੇਣ ਵਾਲਾ ਮਾਮਲਾ ਤੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕਰਦਾ ਹੈ ਕਿ ਬੇਕਰੀ ਤੋਂ ਕੇਕ ਮੰਗਵਾਇਆ ਜਾਂਦਾ ਤੇ ਕੇਕ ਖਾਣ ਤੋਂ ਬਾਅਦ ਚ ਬੱਚੀ ਦੀ ਜਾਨ ਚਲੀ ਜਾਂਦੀ ਹੈ। ਵਿਸਤਾਰ ਦੇ ਨਾਲ ਸਮਝਣਾ ਚਾਹਾਂਗੇ ਕਿ ਆਖਿਰਕਾਰ ਹੁਣ ਤੱਕ ਦੀ ਕੀ ਕੋਈ ਜਾਣਕਾਰੀ ਹੈ, ਕੀ ਕੁਝ ਐਕਸ਼ਨ ਹੋਇਆ। ਜੀ ਪਰਮਿੰਦਰ, ਮੈਂ ਦੱਸ ਦਿਆਂ ਕਿ ਜਿਹੜੀ ਬੱਚੀ ਹੈ ਮਾਨਵੀ 10 ਸਾਲ ਦੀ, ਇਹਦੀ ਉਮਰ ਹੈ ਤੇ 24 ਤਰੀਕ ਨੂੰ ਇਹਦਾ ਜਨਮ ਦਿਨ ਸੀ। 24 ਤਰੀਕ ਤੋਂ ਬਾਅਦ ਜਦੋਂ ਘਰੇ ਕੇਕ ਆਉਂਦਾ, ਕੇਕ ਖਾਧਾ ਜਾਂਦਾ ਤੇ ਰਾਤ ਨੂੰ ਉਸਦੀ ਹਾਲਤ ਵਿਗੜ ਜਾਂਦੀ ਹੈ। ਮੈਂ ਇਸ ਵੇਲੇ ਘਰ ਦੇ ਵਿੱਚ ਮੌਜੂਦ ਹਾਂ ਤੇ ਉਹ ਟੇਬਲ ਹੈ ਜਿੱਥੇ ਕੇਕ ਕੱਟਿਆ ਗਿਆ ਸੀ, ਉਹਦੇ ਨਾਨਾ ਜੀ ਵੀ ਮੇਰੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਮੈਂ ਨਾਲ ਹੀ ਤੁਹਾਨੂੰ ਉਹ ਕੇਕ ਵੀ ਦਿਖਾ ਦਿਆਂ। ਇਹਨਾਂ ਨੇ ਹਜੇ ਤੱਕ ਸਾਂਭਿਆ ਹੋਇਆ ਕਾਨੂੰਨੀ ਕਾਰਵਾਈ ਵਾਸਤੇ ਕਿ ਇਸ ਕੇਕ ਦੇ ਉੱਪਰ ਕੋਈ ਅਗਰ ਸੈਂਪਲ ਵਗੈਰਾ ਲਿਆ ਜਾਵੇ ਤਾਂ ਕਾਰਵਾਈ ਹੋਵੇ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਨੇ ਬੇਸ਼ੱਕ ਮਾਮਲਾ ਦਰਜ ਕਰ ਲਿਆ, ਪਰ ਜਿਹੜਾ ਸਿਹਤ ਵਿਭਾਗ ਹੈ ਉਹਨੇ ਹੱਥ ਖੜੇ ਕਰ ਦਿੱਤੇ ਨੇ। ਖੁਦ ਹਰਬੰਸ ਲਾਲ ਨੇ, ਉਹਦੇ ਨਾਨਾ ਜੀ ਮੌਜੂਦ ਨੇ ਮੇਰੇ ਨਾਲ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਹਰਬੰਸ ਲਾਲ ਜੀ, ਪੂਰਾ ਮਾਮਲਾ ਕਿਸ ਤਰ੍ਹਾਂ ਹੋਇਆ, ਕਿੰਨੇ ਵਜੇ ਕੇਕ ਆਇਆ ਤੇ ਕਦੋਂ ਬੱਚੀ ਦੀ ਹਾਲਤ ਖਰਾਬ ਹੋਈ ਹੈ? 24 ਦਿਨ 2024 ਨੂੰ ਕੇਕ ਮੰਗਾਇਆ ਜੀ, ਬੱਚੀ ਦਾ ਜਨਮ ਦਿਨ ਸੀਗਾ, 6 ਵਜੇ ਔਡਰ ਕੀਤਾ ਜੀ, 6:30 ਵਜੇ ਕੇਕ ਪਹੁੰਚਿਆ, 7:15 ਵਜੇ ਦੇ ਕਰੀਬ ਅਸੀਂ ਕੇਕ ਕੱਟਿਆ, ਬੱਚੀ ਨੂੰ ਖਵਾਇਆ, ਆਪ ਵੀ ਖਾਧਾ, ਉਸ ਤੋਂ ਬਾਅਦ ਸਰ ਘਰ ਦਾ ਖਾਣਾ ਖਾਧਾ। ਮੰਗਾਈ, ਮੰਗਾਉਣ ਤੋਂ ਬਾਅਦ ਜੀ ਇਹ ਬੱਚੀ ਨੂੰ ਉਲਟੀਆਂ ਲੱਗ ਗਈਆਂ, ਛੋਟੀ ਨੇ ਉਲਟੀਆਂ ਕਰ ਕਰਕੇ ਕੇਕ ਸਾਰਾ, ਵੱਡੀ ਗੁੜੀਆ ਦੇ ਕੇਕ ਨਹੀਂ ਨਿਕਲਿਆ, ਬਾਅਦ ਜਿਹੜੀ ਡੈਥ ਹੋਈ ਆ ਮਾਨਵੀ ਨਾਮ ਦੀ, ਉਹਦਾ ਅਸੀਂ ਹਸਪਤਾਲ ਲੈ ਕੇ ਗਏ, ਉਸ ਤੋਂ ਬਾਅਦ ਪ੍ਰਸ਼ਾਸਨ ਪੁਲਿਸ ਨੇ ਪੋਸਟਮਾਰਟਮ ਕਰਾਇਆ ਤੇ ਸਾਨੂੰ ਲਾਸ਼ ਦਿੱਤੀ, ਅਸੀਂ ਉਹਦਾ ਸੰਸਕਾਰ ਕੀਤਾ। ਹਰਬੰਸ ਲਾਲ ਜੀ, ਕੀ ਲੱਗਦਾ ਕੇਕ ਦੀ ਗੱਲ ਸਾਹਮਣੇ ਆ ਰਹੀ ਹੈ, ਕੇਕ ਦਾ ਕਿਵੇਂ ਪਤਾ ਲੱਗਿਆ? ਹੋਰ ਪਰਿਵਾਰ ਕਿ ਮੈਂਬਰਾਂ ਨੇ ਵੀ ਖਾਧਾ ਹੋਊਗਾ ਕਿ ਉਹਨਾਂ ਦੀ ਸਿਹਤ ਦੇ ਉੱਪਰ ਵੀ ਕੋਈ ਐਸੇ ਲੱਛਣ ਦਿੱਤੇ ਸੀ ਕਿ ਜਿਸ ਤਰ੍ਹਾਂ ਬੇਟੀ ਦੀ ਹਾਲਤ ਖਰਾਬ ਹੋਈ ਉਹਨਾਂ ਦੀ ਵੀ ਹੋਈ ਹੋਵੇ? ਉਹਨਾਂ ਦੀ ਵੀ ਹੋਈ ਜੀ, ਬਹੁਤ ਜ਼ਿਆਦਾ, ਉਹ ਵੀ ਇੱਦਾਂ ਨੀਂਦ ਦੇ ਵਿੱਚ ਸੀਗੇ, ਬਹੁਤ ਜ਼ਿਆਦਾ ਉਹਨਾਂ 'ਤੇ ਵੀ ਅਸਰ ਹੋਇਆ, ਪਰ ਬੜੇ ਹੋਣ ਕਰਕੇ ਬਚਾਅ ਹੋ ਗਿਆ ਅਤੇ ਦੋਨੋਂ, ਇਹ ਇੱਕ ਕੁੜੀ ਦੀ ਮੌਤ ਹੋ ਗਈ, ਇੱਕ ਨੂੰ ਬਾਅਦ ਵਿੱਚ ਬੜੀ ਮੁਸ਼ਕਲ ਨਾਲ ਦਾਖਲ ਕਰਾ ਕੇ ਸਾਂਭਿਆ ਗਿਆ ਅਤੇ ਅਸੀਂ ਬਹੁਤ
ਦੁੱਖ ਦੀ ਗੱਲ ਹੈ ਜੀ, ਅਤੇ ਵਿਭਾਗ CMO ਸਾਹਿਬ ਦੇ ਦਫ਼ਤਰ ਵੀ ਗਏ। ਲਗਾਤਾਰ ਅਸੀਂ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਜਿਹੜੀ ਕਿ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਹੋਰ ਵਿਸਥਾਰ ਦੇ ਨਾਲ ਜਾਣਕਾਰੀ ਇਕੱਠੀ ਕਰਨ ਦੀ ਇਹ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਪਟਿਆਲਾ ਤੋਂ ਇਹ ਹੈਰਾਨ ਕਰ ਦੇਣ ਵਾਲਾ ਜਿਹੜਾ ਕਿ ਮਾਮਲਾ ਸਾਹਮਣੇ ਆਇਆ ਕਿ ਜਨਮ ਦਿਨ 'ਤੇ ਕੇਕ ਖਾਣ ਦੇ ਨਾਲ ਬੱਚੀ ਦੀ ਮੌਤ ਹੋ ਜਾਂਦੀ ਹੈ, ਜੋ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਦਰਅਸਲ 24 ਤਰੀਕ ਨੂੰ ਜਦੋਂ ਇਸ ਬੱਚੀ ਦਾ ਜਨਮ ਦਿਨ ਸੀਗਾ ਤਾਂ ਉਸ ਤੋਂ ਬਾਅਦ ਬੇਕਰੀ ਤੋਂ ਕੇਕ ਮੰਗਵਾਇਆ ਗਿਆ ਤਾਂ ਸ਼ਾਮ ਨੂੰ ਕਰੀਬ 7 ਵਜੇ ਕੇਕ ਆਉਂਦਾ, ਉਸ ਤੋਂ ਬਾਅਦ ਕੇਕ ਕੱਟਿਆ ਜਾਂਦਾ। ਹਾਲਾਂਕਿ ਉਹਨਾਂ ਦੇ ਵੱਲ ਇਹ ਵੀ ਕਿਹਾ ਜਾ ਰਿਹਾ ਕਿ ਬਾਕੀ ਪਰਿਵਾਰਕ ਮੈਂਬਰਾਂ ਨੇ ਵੀ ਉਹ ਕੇਕ ਖਾਧਾ, ਹਾਲਾਂਕਿ ਉਹਨਾਂ ਦੀ ਵੀ ਜਿਹੜੀ ਕਿ ਸਿਹਤ ਖਰਾਬ ਹੋਈ ਉਹ ਕੇਕ ਖਾਣ ਦੇ ਨਾਲ, ਪਰ ਜ਼ਿਆਦਾ ਉਮਰ ਹੋਣ ਦੇ ਕਾਰਨ ਕਿਤੇ ਨਾ ਕਿਤੇ ਉਹਨਾਂ ਦਾ ਬਚਾਅ ਰਿਹਾ, ਪਰ ਇਸ ਬੱਚੀ ਦੀ ਜ਼ਿਆਦਾ ਤਬੀਅਤ ਵਿਗੜ ਜਾਂਦੀ ਹੈ ਅਤੇ ਉਸ ਤੋਂ ਬਾਅਦ ਇਸ ਬੱਚੀ ਦੀ ਮੌਤ ਹੋ ਜਾਂਦੀ ਹੈ, ਤਾਂ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਾਰਵਾਈ ਦੀ, ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। 10 ਸਾਲਾ ਮਾਨਵੀ ਦੀ ਦਰਅਸਲ ਕੇਕ ਖਾਣ ਦੇ ਨਾਲ ਮੌਤ ਹੋਈ ਹੈ। ਸਾਡੇ ਸਹਿਯੋਗੀ ਲਗਾਤਾਰ ਪਰਿਵਾਰਕ ਮੈਂਬਰਾਂ ਦੇ ਨਾਲ ਰੋਹਿਤ ਸ਼ਰਮਾ ਗੱਲਬਾਤ ਕਰ ਰਹੇ ਨੇ, ਸਿੱਧਾ ਉਹਨਾਂ ਦਾ ਰੁਖ ਕਰਦੇ ਹਾਂ। ਲੈ ਕੇ ਕਿਸੇ ਆਪਣੀ ਲੈਬ ਦੇ ਵਿੱਚ ਚੈੱਕ ਕਰਾ ਲਓ ਜੀ, ਇਹ ਕੇਕ ਦੀ ਵਜ੍ਹਾ ਕਰਕੇ ਸਾਡੀ ਬੱਚੀ ਦੀ ਮੌਤ ਹੋਈ ਆ, ਸਾਨੂੰ ਨਿਆਂ ਮਿਲਣਾ ਚਾਹੀਦਾ ਜੀ। ਹਰਬੰਸ ਲਾਲ ਜੀ, ਕੀ ਲੱਗਦਾ ਸਿਹਤ ਵਿਭਾਗ ਨੇ ਤੁਹਾਨੂੰ ਹੱਥ ਖੜੇ ਕਰਦੇ ਕਿ ਅਸੀਂ ਇਸ ਕੋਈ ਕਾਰਵਾਈ ਨਹੀਂ ਕਰ ਸਕਦੇ? ਕੋਈ ਕਾਰਵਾਈ ਨਹੀਂ ਕੀਤੀ, ਨਾ ਸਾਡੀ ਕੋਈ ਸੁਣੀ, ਨਾ ਕੋਈ ਨਹੀਂ ਸੁਣੀ ਸਾਨੂੰ ਜੀ, ਜਵਾਬ ਹੀ ਦੇ ਦਿੱਤਾ ਜੀ ਕਿਸਮ ਦਾ। ਕਹਿਣ ਦਾ ਆਇਆ ਸਿਹਤ ਵਿਭਾਗ ਹੈ ਨਹੀਂ ਜੀ, ਅਸੀਂ ਚਲੋ ਪੁਲਿਸ ਕਾਰਵਾਈ ਕਰ ਰਹੀ ਹੈ। ਕੋਈ ਸੈਂਪਲ ਲਏ ਨੇ ਉਹਨਾਂ ਨੇ? ਨਹੀਂ, ਕੋਈ ਸੈਂਪਲ ਨਹੀਂ ਲਿਆ ਜੀ, ਕੁਛ ਨਹੀਂ ਲਿਆ ਉਹਨਾਂ ਨੂੰ, ਹਾਲੇ ਤੱਕ ਸ਼ੋਪ ਹੀ ਨਹੀਂ ਲੱਭੀ ਜੀ, ਲੱਭ ਰਿਹਾ ਨਾ ਪਹੁੰਚੇ ਉੱਥੇ ਉਹ ਜੀ। ਅਤੇ ਪੁਲਿਸ ਚਲੋ ਨੱਠ ਭੱਜ ਕਰ ਰਹੀ ਆ ਜੀ, ਅਤੇ ਇਸ ਕਰਕੇ ਚਲੋ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਸਾਨੂੰ ਨਿਆਂ ਦਿੱਤਾ ਜਾਵੇ, ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਬਿਲਕੁਲ ਪਰਮਿੰਦਰ, ਤੁਸੀਂ ਦੇਖੋ ਨਾਨਾ ਜੀ ਨੇ ਹਰਬੰਸ ਲਾਲ ਉਹ ਕਹਿੰਦੇ ਜਿਹੜੀਆਂ ਦੋਨੋਂ ਬੱਚੀਆਂ ਨੇ, ਇੱਕ ਹੋਰ ਵੀ ਦੁੱਖ ਵਾਲੀ ਗੱਲ ਹੈ ਕਿ ਆਪਣੀ ਮਾਤਾ ਦੇ ਨਾਲ ਇਸ ਨਾਨਾ ਜੀ ਦੇ ਨਾਲ ਰਹਿ ਰਹੀ ਸੀ, ਕੋਈ ਪਰਿਵਾਰਕ ਪ੍ਰੋਬਲਮ ਹੋ ਗਈ ਸੀ ਤੇ ਉਹ ਜਿਹੜੀ ਉਹਨਾਂ ਦੀ ਮਾਂ ਹੈ। ਇੱਕ ਹੋਰ ਸਪਸ਼ਟ ਕਰੋ, ਹੋਰ ਵਿਸਥਾਰ ਦੇ ਨਾਲ ਜ਼ਰੂਰ ਸਵਾਲ ਕਰੋ ਕਿ ਕੀ 24 ਤਰੀਕ ਨੂੰ ਜਨਮ ਦਿਨ ਸੀਗਾ, 24 ਤਰੀਕ ਨੂੰ ਕੇਕ ਮੰਗਵਾਇਆ ਜਾਂਦਾ, ਉਸ ਦੇ ਬਾਅਦ ਤਬੀਅਤ ਖਰਾਬ ਹੁੰਦੀ ਹੈ, ਉਸ ਤੋਂ ਬਾਅਦ ਕੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਤੇ ਮੌਤ ਕਦੋਂ ਹੁੰਦੀ ਹੈ ਬੱਚੀ ਦੀ ਜੀ? ਜੀ ਹਰਬੰਸ ਲਾਲ ਜੀ, ਇੱਕ ਹੋਰ ਮਾਮਲਾ ਕਿ ਅੱਜ 30 ਤਰੀਕ ਹੋ ਚੁੱਕੀ ਹੈ, 31, ਯਾਨੀ ਕਿ ਜੇ ਆਪਾਂ ਲਿਖੀਏ ਵੀ 5-6 ਦਿਨ ਹੋ ਚੁੱਕੇ ਨੇ, ਬੇਟੀ ਦੀ ਬੱਚੀ ਦੀ ਮੌਤ ਕਦੋਂ ਹੋਈ ਹੈ ਜੀ? ਅਗਲੇ ਦਿਨ ਹੋਈ ਹੈ, 24 ਤਰੀਕ ਨੂੰ ਕੇਕ ਮੰਗਾਇਆ ਜੀ, ਜੀ ਉਸੇ ਦਿਨ ਰਾਤ ਨੂੰ ਮੌਤ ਹੋ ਗਈ। ਫਿਰ ਇੰਨਾ ਗੈਪ ਕਿਵੇਂ ਪਿਆ? ਤੁਸੀਂ ਲਗਾਤਾਰ ਭੱਜ ਦੌੜ ਕਰਦੇ? ਹਾਂਜੀ, ਭੱਜ ਨੱਠ ਕਰਦੇ ਰਹੇ ਜੀ ਜੀ, ਬਸ ਸਾਨੂੰ FIR ਤਾਂ ਹੋ ਗਈ, ਪਰ ਸਾਨੂੰ ਹਾਲੇ ਤੱਕ ਅਗਲੀ ਕਾਰਵਾਈ ਚੱਲ ਰਹੀ ਆ। ਬਿਲਕੁਲ ਪਰਮਿੰਦਰ, ਅਗਲੇ ਦਿਨ ਮੌਤ ਹੋ ਜਾਂਦੀ ਹੈ ਤੇ ਆਪਾਂ ਦੇਖੀਏ ਤਾਂ 5-6 ਦਿਨ ਹੋ ਚੁੱਕੇ ਨੇ ਘਟਨਾ ਨੂੰ, ਪਰ ਜਿਹੜਾ ਪਰਿਵਾਰ ਹੈ ਇਹਦੇ ਸਿਰਫ ਨਾਨਾ ਜੀ ਨੇ ਜਿਹੜੇ ਭੱਜ ਦੌੜ ਕਰਨ ਵਾਲੇ ਨੇ, ਕਹਿੰਦੇ ਮੈਂ ਕਦੇ ਸਿਹਤ ਵਿਭਾਗ ਕੋਲੇ ਗਿਆ, ਕਦੇ ਪੁਲਿਸ ਦੇ ਕੋਲੇ ਗਿਆ, ਤੇ ਪੁਲਿਸ ਨੇ ਨਾਲ ਦੀ ਨਾਲ FIR ਦਰਜ ਕਰ ਲਿਆ, ਯਾਨੀ ਕਿ 2-3 ਦਿਨ ਬਾਅਦ ਜਦੋਂ ਸ਼ਿਕਾਇਤ ਗਈ ਮਾਮਲਾ ਦਰਜ ਕਰ ਲਿਆ। ਪਰ ਜਿਹੜਾ ਸਿਹਤ ਵਿਭਾਗ ਹੈ ਉਹਨਾਂ ਨੇ ਕਿਹਾ ਕਿ ਸਾਡੀਆਂ ਕਈ ਕਾਨੂੰਨੀ ਪੇਚੀਦਗੀਆਂ ਨੇ ਕਿ ਅਸੀਂ ਹੁਣ ਇਸ ਕੇਕ ਦਾ ਸੈਂਪਲ ਨਹੀਂ ਲੈ ਸਕਦੇ, ਅਸੀਂ ਜਿਹੜੀ ਇਹਨਾਂ ਦੀ ਜਿੱਥੋਂ ਕੇਕ ਲਿਆ ਗਿਆ ਸੀ ਉੱਥੇ ਜਾ ਸਕਦੇ ਹਾਂ, ਉੱਥੋਂ ਸੈਂਪਲ ਲੈ ਸਕਦੇ, ਪਰ ਉਹਦਾ ਕੋਈ ਤੁੱਕ ਨਹੀਂ ਬਣਦਾ ਕਿਉਂਕਿ ਉੱਥੇ ਜਿਹੜਾ ਕੇਕ ਤੇ ਜਿਹੜਾ ਬੱਚੀ ਨੇ ਕੇਕ ਖਾਧਾ ਜਿਸ ਤਰ੍ਹਾਂ ਪਰਿਵਾਰ ਨੇ ਕਿਹਾ ਪਰਮਿੰਦਰ, ਉਹਦੇ ਵਿੱਚ ਫਰਕ ਹੈ, ਤੇ ਉਹਦੇ ਵਿੱਚ ਜਿਹੜੀਆਂ ਕਾਨੂੰਨੀ ਪੇਚੀਦਗੀਆਂ ਨੇ ਉਹਨਾਂ ਨੂੰ ਆਧਾਰ ਬਣਾ ਕੇ ਸਿਹਤ ਵਿਭਾਗ ਨੇ ਇੱਕ ਤਰੀਕੇ ਨਾਲ ਪਰਿਵਾਰ ਨੂੰ ਜਵਾਬ ਦਿੱਤਾ ਕਿ ਅਸੀਂ ਇਸ ਮਾਮਲੇ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਕੁਝ ਨਹੀਂ ਕਰ ਸਕਦੇ। ਪਰ ਦੂਜੇ ਪਾਸੇ ਜਿਹੜਾ ਪਰਿਵਾਰ ਹੈ ਉਹਦਾ ਇਹੀ ਕਹਿਣਾ ਕਿ ਜਦੋਂ ਕੇਕ ਉਸ ਦੁਕਾਨ ਤੋਂ ਆਇਆ ਹੈ ਉਸ ਨੂੰ ਅਸੀਂ ਵੈਰੀਫਾਈ ਕਰਨ ਵਾਸਤੇ ਲਗਾਤਾਰ ਸਿਹਤ ਵਿਭਾਗ ਨੂੰ ਦੱਸਿਆ ਕਿ ਤੁਸੀਂ ਉਸ ਜਿਹੜੀ ਕੇਕ ਦੀ ਦੁਕਾਨ ਹੈ ਉੱਥੇ ਜਾਓ। ਜਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ, ਪਰ ਇਹਨਾਂ ਦੇ ਜਿਹੜੇ ਨਾਨਾ ਨੇ ਬੱਚੀ ਦੇ
ਉਹਨਾਂ ਦੇ ਦੱਸਣ ਅਨੁਸਾਰ ਸਿਹਤ ਵਿਭਾਗ ਹਜੇ ਤੱਕ ਉਸ ਦੁਕਾਨ ਨੂੰ ਨਹੀਂ ਲੱਭ ਸਕਿਆ ਜਿੱਥੋਂ ਕਿ ਬਕਾਇਦਾ ਇਸ ਕੇਕ ਨੂੰ ਲਿਆਂਦਾ ਗਿਆ ਤੇ ਉਹਨਾਂ ਦੇ ਵੱਲੋਂ ਇਹ ਜਿਹੜਾ ਆਨਲਾਈਨ ਆਰਡਰ ਹੈ ਉਹਦੀ ਵੀ ਕਾਪੀ ਰੱਖੀ ਗਈ ਹੈ ਸਾਡੇ ਦਰਸ਼ਕਾਂ ਨੂੰ ਦਿਖਾ ਦਈਏ ਕਿ ਇਸ ਕੇਕ ਦੇ ਵਿੱਚ ਜਿਹੜਾ ਮੰਗਿਆ ਗਿਆ ਇਹ ਪਰਚੀ ਦੇ ਵਿੱਚ ਸਾਫ਼ ਲਿਖਿਆ ਕਿ ਆਨਲਾਈਨ ਇਹਨਾਂ ਨੇ ਆਰਡਰ ਕੀਤਾ ਸੀ ਤੇ ਉਸ ਦੁਕਾਨ ਤੋਂ ਆਇਆ। ਪਰ ਹੈਰਾਨੀ ਦੀ ਗੱਲ ਹੈ ਕਿ ਜਿੱਥੇ ਪੁਲਿਸ ਕਾਰਵਾਈ ਕਰਕੇ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ ਪਰਮਿੰਦਰ, ਉੱਥੇ ਸਿਹਤ ਵਿਭਾਗ ਨੇ ਕਹਿਤਾ ਕਿ ਜੀ ਅਸੀਂ ਇਸ ਮਾਮਲੇ 'ਚ ਫਿਲਹਾਲ ਕੁਝ ਨਹੀਂ ਕਰ ਸਕਦੇ, ਪਰਿਵਾਰ ਦਾ ਦੋਸ਼ ਹੈ। ਤੇ ਨਾਲ ਉਹਨਾਂ ਦੇ ਜਿਹੜੇ ਨਾਨਾ ਨੇ ਹਰਬੰਸ ਲਾਲ, ਉਹਨਾਂ ਨੇ ਸਾਫ਼ ਕਿਹਾ ਕਿ ਸਾਨੂੰ ਤਾਂ ਉਹਨੇ ਇਹ ਗੱਲ ਕਹਿਤੀ ਕਿ ਜੀ ਸਾਨੂੰ ਤਾਂ ਹਜੇ ਤੱਕ ਪਟਿਆਲਾ ਦੀ ਜਿਹੜੀ ਉਹ ਬੇਕਰੀ ਉਹੀ ਨਹੀਂ ਲੱਭੀ। ਸੋ ਸਾਫ਼ ਹੈ ਕਿ ਕਿਤੇ ਨਾ ਕਿਤੇ ਪਰਿਵਾਰ ਇਸ ਗੱਲ ਨੂੰ ਲੈ ਕੇ ਦੁਖੀ ਹੈ ਕਿ ਇੱਕ ਪਾਸੇ ਤਾਂ ਇਹ ਉਹਨਾਂ ਦੀ ਜਿਹੜੀ ਬੱਚੀ ਹੈ ਉਹਦੀ ਜਨਮ ਦਿਨ ਤੋਂ ਅਗਲੇ ਦਿਨ ਉਸੇ ਦਿਨ ਮੌਤ ਹੋ ਜਾਂਦੀ ਹੈ ਤੇ ਦੂਜੇ ਪਾਸੇ ਸਿਹਤ ਵਿਭਾਗ ਹਜੇ ਤੱਕ ਅੱਖਾਂ ਮੀਚ ਕੇ ਬੈਠਾ ਜੀ। ਹਾਂ ਠੀਕ ਹੈ ਮਨੋਜ, ਫਿਲਹਾਲ ਦੀ ਪੂਰੀ ਗੱਲਬਾਤ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਪਟਿਆਲਾ ਤੋਂ ਦਰਅਸਲ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਹਾਲਾਂਕਿ ਪੂਰਾ ਮਾਮਲਾ ਜਾਂਚ ਦਾ ਵਿੱਚ ਹੈ। ਜੋ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ, ਜੋ ਪਰਿਵਾਰਕ ਮੈਂਬਰ ਜੋ ਕਿ ਸਾਡੇ ਸਹਿਯੋਗੀ ਮਨੋਜ ਸ਼ਰਮਾ ਦੇ ਵੱਲੋਂ ਬੱਚੀ ਦੇ ਨਾਨਾ ਦੇ ਨਾਲ ਗੱਲਬਾਤ ਕੀਤੀ, ਕਿ ਉਹਨਾਂ ਨੇ ਦੱਸਿਆ ਕਿ ਦਰਅਸਲ 24 ਤਰੀਕ ਨੂੰ ਯਾਨੀ ਕਿ 24 ਮਾਰਚ ਨੂੰ 10 ਸਾਲਾ ਬੱਚੀ ਮਾਨਵੀ ਦਾ ਜਨਮਦਿਨ ਸੀਗਾ, ਉਸੇ ਦਿਨ ਬੇਕਰੀ ਤੋਂ ਕੇਕ ਮੰਗਵਾਇਆ ਜਾਂਦਾ ਹੈ, ਉਸੇ ਦਿਨ ਤਬੀਅਤ ਬੱਚੀ ਦੀ ਖਰਾਬ ਹੁੰਦੀ ਹੈ ਅਤੇ 24 ਤਰੀਕ ਨੂੰ ਬੱਚੀ ਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਮਾਮਲਾ ਜਿਹੜਾ ਕਿ ਉਜਾਗਰ ਅੱਜ 30 ਤਰੀਕ ਹੋ ਗਈ ਹੈ ਅਤੇ ਅੱਜ ਜਿਹੜਾ ਕਿ ਮਾਮਲਾ ਸਾਹਮਣੇ ਆਉਂਦਾ, ਉਸ ਦੇ ਬਾਅਦ ਜਿਹੜੀ ਕਿ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਅਤੇ ਪੁਲਿਸ ਦੇ ਵੱਲੋਂ ਕਾਰਵਾਈ ਵੀ ਕੀਤੀ ਗਈ ਹੈ। ਬੇਕਰੀ ਮਾਲਕ ਅਤੇ ਪੁਲਿਸ ਨੇ ਕੇਸ ਵੀ ਦਰਜ ਕਰ ਲਿਆ। ਹਾਲਾਂਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਸਿਹਤ ਵਿਭਾਗ ਦੇ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਗਿਆ, ਕੇਕ ਦੇ ਕੋਈ ਸੈਂਪਲ ਨਹੀਂ ਲਏ ਗਏ, ਜੋ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ। ਹਾਲਾਂਕਿ ਪੂਰਾ ਮਾਮਲਾ ਜਾਂਚ ਦਾ ਵਿਸ਼ਾ ਹੈ। ਹਾਲਾਂਕਿ ਸਿੱਧੇ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਕਿ ਕੀ ਕੇਕ ਹੀ ਮੌਤ ਦੀ ਵਜ੍ਹਾ ਬਣਿਆ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਕਾਰਨ ਹੈ। ਹਾਲਾਂਕਿ ਜਾਂਚ ਤੋਂ ਬਾਅਦ 'ਚ ਜਿਹੜੇ ਕਿ ਅਸਲੀ ਤੱਥ ਸਾਹਮਣੇ ਆਉਣਗੇ ਉਸ ਤੋਂ ਬਾਅਦ 'ਚ ਇਹ ਸਾਫ਼ ਹੋਵੇਗਾ। ਪਰ ਜੋ ਪਰਿਵਾਰਕ ਮੈਂਬਰਾਂ ਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ, ਉਹਨਾਂ ਦੇ ਸਿੱਧੇ ਤੌਰ 'ਤੇ ਇਹ ਕਿਹਾ ਜਾ ਰਿਹਾ ਕਿ ਜੋ ਜਨਮਦਿਨ 'ਤੇ ਕੇਕ ਮੰਗਵਾਇਆ ਗਿਆ ਸੀਗਾ, ਕੇਕ ਹੀ 10 ਸਾਲਾ ਮਾਨਵੀ ਦੀ ਮੌਤ ਦੀ ਵਜ੍ਹਾ ਬਣਿਆ। ਅੱਛਾ ਮੈਂ ਲੈ ਗਿਆ ਅੰਦਰੋਂ ਦੇਖੀ ਜਾ ਲੈ ਫੜ ਕਰ ਲੈ ਤੂੰ ਮੇਰੇ ਮੂੰਹ ਚ ਪਾ। ਚਲੋ ਕੱਟ ਹੋ ਗਏ, ਚਲੋ ਖਤਮ ਕਰੋ। ਚਲੋ ਮੈਂ ਤੈਨੂੰ ਖਿਲਾਇਆ ਨੀ, ਖਿਲਾਤਾ ਤੂੰ ਤਾਂ ਨਹੀਂ ਚੋਕਲੇਟ ਖਿਲਾਤਾ। ਲੈ ਖੜ ਖਿਲਾ, ਚੋਕਲੇਟ ਖਿਲਾ ਦੇ। ਹੈਪੀ ਬਰਥਡੇ ਟੂ ਯੂ, ਹੈਪੀ ਰੁਕ ਕਰਾਂਗੇ ਅਗਲੀ ਵੱਡੀ ਖਬਰ ਦਾ। ਚੰਡੀਗੜ੍ਹ ਦੇ ਵਿੱਚ PGI ਦੇ ਆਪਰੇਸ਼ਨ ਥੀਏਟਰ ਦੇ ਵਿੱਚ ਅੱਗ ਲੱਗੀ ਹੈ। ਹਾਦਸੇ ਵੇਲੇ ਮਰੀਜ਼ ਦਾ ਆਪਰੇਸ਼ਨ ਚੱਲ ਰਿਹਾ ਸੀਗਾ, ਅੱਗ ਲੱਗਣ ਤੋਂ ਬਾਅਦ ਧਮਾਕਾ ਹੋਇਆ, ਮਰੀਜ਼ ਨੂੰ ਤੁਰੰਤ ਦੂਜੇ ਆਪਰੇਸ਼ਨ ਥੀਏਟਰ ਦੇ ਵਿੱਚ ਸ਼ਿਫਟ ਕੀਤਾ ਗਿਆ। ਮੌਕੇ ਤੇ ਫਾਇਰ ਬ੍ਰਿਗੇਡ ਵਿਭਾਗ ਤੇ ਪ੍ਰਸ਼ਾਸਨ ਪਹੁੰਚਿਆ, ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ। ਆਪਰੇਸ਼ਨ ਥੀਏਟਰ ਦੇ ਵਿੱਚ ਵੱਡੀਆਂ ਮਸ਼ੀਨਾਂ ਦੇ ਉੱਪਰ ਤੋਂ
ਕੀਤੀ ਵਾਇਰਿੰਗ ਦੇ ਕਾਰਨ ਇਹ ਅੱਗ ਲੱਗੀ ਹੈ ਜੋ ਹੁਣ ਤੱਕ ਵਜ੍ਹਾ ਸਾਫ਼ ਹੋਈ ਹੈ। ਚੰਡੀਗੜ੍ਹ ਦੇ ਵਿੱਚ ਪੀ ਜੀ ਆਈ ਦੇ ਆਪਰੇਸ਼ਨ ਥੀਏਟਰ ਦੇ ਵਿੱਚ ਇਹ ਅੱਗ ਲੱਗੀ ਹੈ। ਪਿਛਲੇ ਕੁਝ ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ 2-3 ਅਜਿਹੀਆਂ ਅੱਗ ਲੱਗਣ ਦੀਆਂ ਘਟਨਾਵਾਂ ਜਿਹੜੀਆਂ ਕਿ ਪੀ ਜੀ ਆਈ ਤੋਂ ਸਾਹਮਣੇ ਆ ਚੁੱਕੀਆਂ ਅਤੇ ਹੁਣ ਪੀ ਜੀ ਆਈ ਦੇ ਆਪਰੇਸ਼ਨ ਥੀਏਟਰ ਦੇ ਵਿੱਚ ਅੱਗ ਲੱਗੀ ਹੈ। ਹਾਦਸੇ ਵੇਲੇ ਮਰੀਜ਼ ਦਾ ਜਿਹੜਾ ਕਿ ਆਪਰੇਸ਼ਨ ਚੱਲ ਰਿਹਾ ਸੀਗਾ, ਅੱਗ ਲੱਗਣ ਤੋਂ ਬਾਅਦ ਧਮਾਕਾ ਹੁੰਦਾ ਹੈ, ਮਰੀਜ਼ ਨੂੰ ਤੁਰੰਤ ਦੂਜੇ ਆਪਰੇਸ਼ਨ ਥੀਏਟਰ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਹੈ। ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਹਾਂ ਆਪਰੇਸ਼ਨ ਥੀਏਟਰ ਦੇ ਵਿੱਚ ਜਦੋਂ ਅੱਗ ਲੱਗੀ ਅਤੇ ਅੱਗ ਲੱਗਣ ਤੋਂ ਬਾਅਦ 'ਚ ਕਿਸ ਤਰ੍ਹਾਂ ਦੇ ਹਾਲਾਤ ਨੇ, ਆਪਰੇਸ਼ਨ ਥੀਏਟਰ ਦੇ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ, ਸਮਾਨ ਜਿਹੜਾ ਕਿ ਉੱਥੇ ਪਿਆ ਹੋਇਆ ਸੀਗਾ ਕਿਵੇਂ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ। ਹਾਲਾਂਕਿ ਮਰੀਜ਼ ਨੂੰ ਤੁਰੰਤ ਦੂਜੇ ਆਪਰੇਸ਼ਨ ਥੀਏਟਰ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਉਸ ਦੇ ਬਾਅਦ ਮੌਕੇ 'ਤੇ ਫਾਇਰ ਬ੍ਰਿਗੇਡ ਵਿਭਾਗ ਅਤੇ ਪ੍ਰਸ਼ਾਸਨ ਪਹੁੰਚਦਾ ਹੈ ਅਤੇ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਹਾਲਾਂਕਿ ਬਚਾ ਰਿਹਾ। ਆਪਰੇਸ਼ਨ ਥੀਏਟਰ ਦੇ ਵਿੱਚ ਵੱਡੀਆਂ ਮਸ਼ੀਨਾਂ ਦੇ ਉੱਪਰ ਤੋਂ ਕੀਤੀ ਵਾਇਰਿੰਗ ਦੇ ਕਾਰਨ ਇਹ ਅੱਗ ਲੱਗੀ ਹੈ, ਜੋ ਅੱਗ ਲੱਗਣ ਦੀ ਹੁਣ ਤੱਕ ਵਜ੍ਹਾ ਸਾਫ਼ ਹੋਈ ਹੈ। ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ। ਮਨੋਜ, ਕੀ ਕੋ ਜਾਣਕਾਰੀ ਹੈ, ਕਿੰਨੇ ਵਜੇ ਦੀ ਦਰਅਸਲ ਇਹ ਪੂਰੀ ਘਟਨਾ ਜਦੋਂ ਆਪਰੇਸ਼ਨ ਥੀਏਟਰ ਦੇ ਵਿੱਚ ਅੱਗ ਲੱਗਦੀ ਹੈ ਤਾਂ ਹੁਣ ਤੱਕ ਕੀ ਕੋ ਸਾਫ਼ ਹੋਇਆ? ਦੇਖੋ ਪਰਮਿੰਦਰ, ਕਹਿ ਸਕਦੇ ਹਾਂ ਕਿ ਇੱਕ ਵੱਡਾ ਹਾਦਸਾ ਇਹ ਜਿਹੜਾ ਹੈਗਾ ਉਹ ਹੁੰਦੇ ਹੁੰਦੇ ਬਚਿਆ। ਹਾਲਾਂਕਿ ਇਹਦੇ ਵਿੱਚ ਕੋਈ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਲੇਕਿਨ ਕਾਫ਼ੀ ਜ਼ਿਆਦਾ ਜੇ ਆਪਾਂ ਥੋੜ੍ਹਾ ਜਿਹਾ ਬੈਕਗਰਾਊਂਡ 'ਚ ਜਾਈਏ, ਕਈ ਦਿਨਾਂ 'ਚ ਇਸ ਤਰ੍ਹਾਂ ਦੇ ਜਿਹੜੇ ਹਾਦਸੇ ਪੀ ਜੀ ਆਈ ਦੇ ਵਿੱਚ ਹੋਏ ਹੈ, ਉਹਨਾਂ 'ਚ ਇਹ ਕਾਰਡੀਓ ਦਾ ਇੱਕ ਆਪਰੇਸ਼ਨ ਥੀਏਟਰ ਹੈ ਜਿੱਥੇ ਦੀ ਐਕਸਕਲੂਸਿਵ ਤਸਵੀਰਾਂ ਨਿਊਜ਼ 18 ਦੇ ਕੋਲ ਮੌਜੂਦ ਹੈ। ਇਹ ਅਚਾਨਕ ਜਿਹੜੀ ਹੁਣ ਤੱਕ ਦੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ ਕਿ ਅਚਾਨਕ ਆਪਰੇਸ਼ਨ ਥੀਏਟਰ ਦੇ ਵਿੱਚ ਇੱਕ ਪੇਸ਼ੈਂਟ ਦਾ ਆਪਰੇਸ਼ਨ ਚੱਲ ਰਿਹਾ ਸੀ, ਡਾਕਟਰ ਉੱਥੇ ਮੌਜੂਦ ਸੀ, ਪੂਰੀ ਟੀਮ ਨਰਸਿੰਗ ਸਟਾਫ ਉੱਥੇ ਮੌਜੂਦ ਸੀ, ਜਦ ਇਹ ਅਚਾਨਕ ਸ਼ਾਰਟ ਸਰਕਟ ਹੋਇਆ, ਅਚਾਨਕ ਜਿਹੜਾ ਹੈਗਾ ਉਹ ਬਲਾਸਟ ਜਿਹਾ ਵੀ ਹੋਇਆ। ਔਰ ਜਿੱਦਾਂ ਤਸਵੀਰਾਂ ਵੀ ਤੁਸੀਂ ਵੇਖ ਰਹੇ ਹੋ ਕਿ ਕਾਫ਼ੀ ਨੁਕਸਾਨ ਜਿਹੜਾ ਮਸ਼ੀਨਾਂ ਦਾ, ਲੱਖਾਂ ਦੀ ਮਸ਼ੀਨਾਂ ਨੇ ਉਹ ਕਾਫ਼ੀ ਡੈਮੇਜ ਹੋ ਚੁੱਕੀ ਹੈ, ਲੇਕਿਨ ਨਾਲ ਦੇ ਨਾਲ ਹੀ ਜਿਹੜਾ ਪੇਸ਼ੈਂਟ ਦਾ ਆਪਰੇਸ਼ਨ ਚੱਲ ਰਿਹਾ ਸੀਗਾ ਉਹਨੂੰ ਨਾਲ ਦੇ ਨਾਲ ਹੀ ਸ਼ਿਫਟ ਕੀਤਾ ਗਿਆ, ਦੂਜੀ ਆਪਰੇਸ਼ਨ ਥੀਏਟਰ ਦੇ ਵਿੱਚ ਉਹਨੂੰ ਸ਼ਿਫਟ ਕੀਤਾ ਗਿਆ। ਔਰ ਪੀ ਜੀ ਆਈ ਦੇ ਕਾਰਡੀਓ ਦਾ ਇਹ ਆਪਰੇਸ਼ਨ ਥੀਏਟਰ ਦੱਸਿਆ ਜਾ ਰਿਹਾ ਜਿੱਥੇ ਇਹ ਜਿਹੜਾ ਅੱਗ ਲੱਗੀ ਹੈ। ਹਾਲਾਂਕਿ ਮੌਕੇ 'ਤੇ ਫਾਇਰ ਦੀ ਗੱਡੀਆਂ, ਮੌਕੇ 'ਤੇ ਪੁਲਿਸ, ਮੌਕੇ 'ਤੇ ਸੀਨੀਅਰ ਅਫਸਰ ਵੀ ਉੱਥੇ ਪਹੁੰਚੇ ਸੀਗੇ ਔਰ ਜਲਦ ਤੋਂ ਜਲਦ ਅੱਗ 'ਤੇ ਹਾਲਾਂਕਿ ਕਾਬੂ ਪਾ ਲਿਆ ਗਿਆ, ਲੇਕਿਨ ਪੂਰਾ ਜਿਹੜਾ ਰੂਮ ਹੈ ਜਾਂ ਫਿਰ ਜਿੰਨਾ ਮਸ਼ੀਨ ਹੈ ਉਹ ਪੂਰੀ ਡੈਮੇਜ ਹੋ ਚੁੱਕੀ ਹੈ। ਹਾਲਾਂਕਿ ਹੁਣ ਤੱਕ ਦੀ ਜਾਣਕਾਰੀ ਮੁਤਾਬਿਕ ਕੋਈ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਲੇਕਿਨ ਇਹਦੇ ਵਿੱਚ ਕਿਤੇ ਨਾ ਕਿਤੇ ਵਾਰ ਵਾਰ ਇਸ ਤਰ੍ਹਾਂ ਦਾ ਹਾਦਸੇ ਹੋਣਾ ਪੀ ਜੀ ਆਈ ਦੇ ਵਿੱਚ ਪਿਛਲੇ ਦਿਨਾਂ ਵਿੱਚ ਜਿਸ ਤਰ੍ਹਾਂ ਤੁਸੀਂ ਵੇਖਿਆ ਕਿ ਵੱਡਾ ਹਾਦਸਾ ਹੋਇਆ ਸੀਗਾ, ਵੱਡਾ ਨੁਕਸਾਨ ਹੋਇਆ ਸੀਗਾ, ਉਹਦਾ ਕਾਰਨ ਇਹ ਨਿਕਲਿਆ ਸੀ ਕਿ ਟੈਕਨੀਕਲੀ ਵਿਭਾਗ ਜਿਹੜਾ ਹੁੰਦਾ ਜਾਂ ਟੈਕਨੀਕਲੀ ਡਿਪਾਰਟਮੈਂਟ ਜਿਹੜਾ ਹੁੰਦਾ ਉਹ ਟਾਈਮ ਟੂ ਟਾਈਮ ਚੈਕਿੰਗ, ਟਾਈਮ ਟੂ ਟਾਈਮ ਜਿਹੜੀ ਮੇਨਟੇਨੈਂਸ ਹੈ ਉਹ ਨਹੀਂ ਕੀਤੀ ਜਾਂਦੀ, ਜਿਸ ਕਰਕੇ ਇਸ ਤਰ੍ਹਾਂ ਦੇ ਹਾਦਸੇ, ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਦਾ ਨੁਕਸਾਨ ਉਹ ਜ਼ਰੂਰ ਵੇਖਣ ਨੂੰ ਮਿਲਿਆ ਜੀ। ਠੀਕ ਹੈ ਮਨੋਜ, ਫਿਲਹਾਲ ਦੀ ਪੂਰੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਚੰਡੀਗੜ੍ਹ ਦੇ ਦਰਅਸਲ ਪੀ ਜੀ ਆਈ ਦੇ ਆਪਰੇਸ਼ਨ ਥੀਏਟਰ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ। ਹਾਦਸੇ ਵੇਲੇ ਮਰੀਜ਼ ਦਾ ਜਿਹੜਾ ਕਿ ਆਪਰੇਸ਼ਨ ਚੱਲ ਰਿਹਾ ਸੀਗਾ, ਅੱਗ ਲੱਗਣ ਤੋਂ ਬਾਅਦ ਧਮਾਕਾ ਹੁੰਦਾ, ਮਰੀਜ਼ ਨੂੰ ਤੁਰੰਤ ਹਾਲਾਂਕਿ ਦੂਜੇ ਆਪਰੇਸ਼ਨ ਥੀਏਟਰ ਦੇ ਵਿੱਚ ਸ਼ਿਫਟ ਕੀਤਾ ਗਿਆ ਅਤੇ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ। ਅਗਲੀ ਵੱਡੀ ਖਬਰ ਜਲੰਧਰ ਦੇ ਨਾਲ ਜੁੜੀ ਹੋਈ, ਜਿੱਥੇ ਕਿ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਮੁੱਠਭੇੜ ਹੋਈ ਹੈ। ਦੋਵੇਂ ਪਾਸਿਓਂ ਕਈ ਰਾਊਂਡ ਫਾਇਰਿੰਗ ਹੋਈ, ਮੁੱਠਭੇੜ ਤੋਂ ਬਾਅਦ 4 ਬਦਮਾਸ਼ ਗ੍ਰਿਫਤਾਰ ਕਰ ਲਏ ਗਏ ਨੇ। ਪ੍ਰੇਮਾ ਲਾਹੌਰੀਆ ਤੇ ਵਿੱਕੀ ਕਾਊਂਟਰ ਗੈਂਗ ਦੇ ਇਹ ਬਦਮਾਸ਼ ਦੱਸੇ ਜਾ ਰਹੇ ਨੇ। ਮੁਲਜ਼ਮਾਂ ਦੇ ਕੋਲੋਂ 6 ਪਿਸਤੌਲ ਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ। ਜਲੰਧਰ ਦੇ ਨਾਲ ਜੁੜੀ ਹੋਈ ਦਰਅਸਲ ਵੱਡੀ ਖਬਰ ਹੈ, ਜਿੱਥੇ ਕਿ ਪੁਲਿਸ ਦਾ ਇਹ ਵੱਡਾ ਐਕਸ਼ਨ ਨਜ਼ਰ ਆਇਆ। ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਮੁੱਠਭੇੜ ਹੁੰਦੀ ਹੈ, ਦੋਵੇਂ ਪਾਸਿਓਂ ਕਈ ਰਾਊਂਡ ਫਾਇਰਿੰਗ ਕੀਤੀ ਗਈ, ਮੁੱਠਭੇੜ ਤੋਂ ਬਾਅਦ 4 ਬਦਮਾਸ਼ ਗ੍ਰਿਫਤਾਰ ਕੀਤੇ ਗਏ ਨੇ। 4 ਬਦਮਾਸ਼ ਜਿਹੜੇ ਕਿ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਜ਼ਰ ਆ ਰਹੇ, ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਹਾਂ। ਮੁੱਠਭੇੜ ਤੋਂ ਬਾਅਦ ਜਿਹੜਾ ਕਿ 4 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਪ੍ਰੇਮਾ ਲਾਹੌਰੀਆ ਅਤੇ ਵਿੱਕੀ ਕਾਊਂਟਰ ਗੈਂਗ ਦੇ ਇਹ ਬਦਮਾਸ਼ ਦੱਸੇ ਜਾ ਰਹੇ ਨੇ। ਉੱਥੇ ਮੁਲਜ਼ਮਾਂ ਦੇ ਕੋਲੋਂ 6 ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਗਏ, ਜਿਸ ਦੀਆਂ ਅਸੀਂ ਤੁਹਾਨੂੰ ਇਹ ਤਸਵੀਰਾਂ ਵੀ ਵਿਖਾ ਰਹੇ ਹਾਂ। ਇੱਕ ਵੱਡੀ ਸਫਲਤਾ ਮਿਲੀ ਹੈ ਕਿ
ਹੈ, ਚਾਰ ਗੈਂਗਸਟਰ ਪਕੜਨ ਗਏ ਹੈ, ਗੋਲੀਆਂ ਵੀ ਚੱਲੀਆਂ, ਕੀ ਪੂਰੀ ਵਾਰਦਾਤ ਸੀ, ਕੀ ਪੂਰਾ ਮਾਮਲਾ? ਸਾਡੀ ਸਪੈਸ਼ਲ ਟੀਮ ਜਿਹੜੀ ਸੀ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ, ਇਹ ਕਾਫੀ ਟਾਈਮ ਤੋਂ ਇਹਨਾਂ ਦੇ ਪਿੱਛੇ ਲੱਗੇ ਹੋਏ ਸੀ ਅਤੇ ਦੋ ਤਿੰਨ ਵਾਰ ਟਰੈਪ ਲੱਗਿਆ ਵੀ ਸੀਗਾ ਅਤੇ ਕਈ ਵਾਰ ਇਹ ਫਗਵਾੜਾ ਚੁੱਕ ਜਾਂਦੇ ਸੀ, ਹੁਸ਼ਿਆਰ ਤੋਂ ਚਲੇ ਜਾਂਦੇ ਸੀਗੇ, ਕਪੂਰਥਲਾ ਸਤਲੁਜ ਕ੍ਰੋਸ ਵੀ ਕਰ ਜਾਂਦੇ ਸੀਗੇ। ਹੁਣ ਪਰਸੋਂ ਰਾਤ ਨੂੰ ਇਹ ਆਪਣੇ ਕਿਸੇ ਮਿੱਤਰ ਦੇ ਕੋਲ ਆਏ ਹੋਏ ਸੀ, ਇਨਫੋਰਮੇਸ਼ਨ ਆਈ ਸਾਨੂੰ ਘੇਰਾ ਪਾਇਆ ਅਤੇ ਐਂਟਰ ਕਰਕੇ ਚਾਰ ਵਿਅਕਤੀ ਗ੍ਰਿਫਤਾਰ ਕੀਤੇ। ਚਿੰਟੂ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਪ੍ਰੇਮਾ ਲਾਹੌਰੀਆ ਅਤੇ ਗੌਂਡਰ ਗੈਂਗ ਤੋਂ ਦੇ ਨਾਲ ਸੰਬੰਧ ਰੱਖਦਾ ਹੈ, ਇਹਦੇ ਨਾਲ ਜਿਹੜੇ ਤਿੰਨ ਬੰਦੇ ਉਹ ਵੀ ਇਨੀਸ਼ੀਅਲ ਜਿਹੜਾ ਗੈਂਗ ਸੀ ਉਹਦੇ ਨਾਲ ਸੰਬੰਧ ਰੱਖਦੇ ਸੀ। 34 ਪਰਚੇ ਇਹਨਾਂ 'ਤੇ ਦਰਜ, ਆਲਮੋਸਟ ਆਲ ਹੀਨੀਅਸ ਕ੍ਰਾਈਮ ਦੇ, ਮਰਡਰ, ਅਟੈਂਪਟ ਟੂ ਮਰਡਰ, ਹਾਈਵੇ ਰੋਬਰੀ, ਐਕਸਟੋਰਸ਼ਨ ਅਤੇ ਸ਼ਹਿਰ 'ਚ ਅਤੇ ਆਲੇ ਦੁਆਲੇ ਦੇ ਕਸਬੇ ਜਿਹੜੇ ਹੈ ਜਲੰਧਰ ਦੇ, ਇਹ ਕੁਛ ਨਾ ਕੁਛ ਵਾਰਦਾਤਾਂ ਕਰਦੇ ਰਹਿੰਦੇ ਸੀ ਕਿ ਠੇਕਾ ਲੁੱਟ ਲਿਆ, ਕੁੱਟਮਾਰ ਕਰ ਲਈ, ਗੱਡੀ ਖੋਲ੍ਹੀ ਅਤੇ 6 ਵੈਪਨਸ ਮਿਲੇ ਇਹਨਾਂ ਦੀ ਪੁਜ਼ੈਸ਼ਨ 'ਚ। ਇੰਪੋਰਟੈਂਟ ਗੱਲ ਇਹ ਹੈ ਕਿ ਇਹਨਾਂ ਨੇ ਅਟੈਕੀ ਕੀਤੀ ਹੋਈ ਸੀਗੀ, 2 ਟਾਰਗੇਟ ਕਿਲਿੰਗ ਕਰਨੀ ਸੀਗੀ ਇਹਨਾਂ ਨੇ ਜਿਹੜੀ ਇਹਨਾਂ ਦੀ ਅਰੈਸਟ ਤੋਂ ਉੱਪਰ ਹੋਈ। ਸਰ ਇਹ ਜਿਹੜੇ ਸੀਗੇ ਕਿ ਇਹ ਉਸ ਦਿਨ ਪਲੈਨਿੰਗ ਹੀ ਕਰ ਰਹੇ ਸੀਗੇ ਕਿ ਕੋਈ ਅੰਜਾਮ ਦੇਣ ਜਾ ਰਹੇ ਸੀਗੇ ਜਾਂ ਫਿਰ ਅਜੇ ਪ੍ਰੋਸੈਸ 'ਚ ਸੀ? ਪਲਾਨ ਇਹ ਕਰ ਚੁੱਕੇ ਸੀਗੇ, ਪਲਾਨ ਕਰ ਚੁੱਕੇ ਸੀਗੇ, ਅਟੈਕੀ ਵੀ ਕਰ ਚੁੱਕੇ ਸੀਗੇ। ਹੁਣ ਵਾਰ ਵਾਰ ਇਹ ਠਹਿਰ ਪੁਲਿਸ ਦੀ ਗ੍ਰਿਫਤ ਤੋਂ ਬਚਣ ਲਈ ਵਾਰ ਵਾਰ ਠਹਿਰ ਕਰ ਰਹੇ ਸੀਗੇ। ਸਰ ਜਿਹੜੀ ਇਹਨਾਂ ਦੀ ਇਨਕਮ ਸੀ, ਪੈਸੇ ਵਗੈਰਾ ਸੀ, ਜਿਹੜੇ ਹਥਿਆਰ ਲੈ ਰਹੇ ਸੀ, ਗੱਡੀਆਂ ਲੈ ਰਹੇ ਸੀ, ਉਹ ਕਿੱਦਾਂ ਕਰ ਰਹੇ ਸੀ? ਬਾਹਰੋਂ ਕੋਈ ਫੰਡਿੰਗ ਹੋ ਰਹੀ ਸੀ ਜਾਂ ਫਿਰ ਲੁੱਟਖੋਹਾਂ ਨਾਲ? ਲੁੱਟਖੋਹਾਂ ਜ਼ਿਆਦਾਤਰ ਲੁੱਟਖੋਹਾਂ। ਤਾਂ ਸਰ ਜਿਹੜਾ ਸਾਜਨ ਨਾਮ ਦਾ ਵਿਅਕਤੀ ਸੀਗਾ ਉਹਦਾ ਕਿੰਨਾ ਕੁ ਰੋਲ ਸੀਗਾ, ਕਿਉਂਕਿ ਕਿਸੇ ਗੈਂਗਸਟਰ ਨੂੰ ਆਪਣੇ ਘਰ ਠਹਿਰਾਉਣਾ ਕਿਤਨਾ ਕਿਤੇ? ਉਹ ਵੀ ਡੂਬੀਅਸ ਕਰੈਕਟਰ ਸੀ। ਤੇ ਸਰ ਇਨਵੈਸਟੀਗੇਸ਼ਨ ਕੁਝ ਹੋਰ ਇਹਨਾਂ ਦੇ ਖੁਲਾਸੇ ਕਿਤੇ? ਜਿਵੇਂ ਮੈਨੂੰ ਲੱਗੂਗੀ ਤੁਹਾਨੂੰ ਦੱਸਦੇ। ਬਹੁਤ ਬਹੁਤ ਸ਼ੁਕਰੀਆ। ਤੇ ਸਾਡੇ ਨਾਲ ਪੁਲਿਸ ਕਮਿਸ਼ਨਰ ਜਲੰਧਰ ਸਵਪਨ ਸ਼ਰਮਾ। ਉੱਤਰਾਖੰਡ ਦੇ ਗੁਰਦੁਆਰਾ ਨਾਨਕ ਮੱਤਾ ਦੇ ਵਿੱਚ ਬਾਬਾ ਤਰਸੇਮ ਸਿੰਘ ਦੇ ਕਤਲ ਮਾਮਲੇ ਦੇ ਵਿੱਚ FIR ਦਰਜ ਕੀਤੀ ਗਈ ਹੈ। 5 ਲੋਕਾਂ ਦੇ ਖਿਲਾਫ FIR ਦਰਜ ਕਰ ਲਈ ਗਈ ਹੈ। ਗੁਰਦੁਆਰਾ ਨਾਨਕ ਮੱਤਾ ਦੇ ਪ੍ਰਧਾਨ ਰਿਟਾਇਰਡ IAS ਹਰਬੰਸ ਚੁੱਗ ਨਾਮਜ਼ਦ ਕੀਤੇ ਗਏ ਨੇ। ਤਰਾਈ ਸਿੱਖ ਸੰਘ ਦੇ ਪ੍ਰਧਾਨ ਪ੍ਰੀਤਮ ਸਿੰਘ ਸੰਧੂ ਨੂੰ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ। UP ਦੇ ਗੁਰਦੁਆਰਾ ਰਤਨਪੁਰਾ ਨਵਾਬਗੰਜ ਦੇ ਮੁਖੀ ਬਾਬਾ ਅਨੂਪ ਸਿੰਘ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਕੀਤੇ ਗਏ ਨੇ। ਤਿੰਨਾਂ 'ਤੇ ਕਤਲ ਦੀ ਸਾਜਿਸ਼ ਰਚਣ ਦਾ ਇਲਜ਼ਾਮ ਹੈ। ਬਾਬਾ ਤਰਸੇਮ ਨੂੰ ਗੋਲੀ ਮਾਰਨ ਵਾਲੇ 2 ਮੁਲਜ਼ਮਾਂ ਦੀ ਵੀ ਪਹਿਚਾਣ ਕੀਤੀ ਗਈ ਹੈ। ਇੱਕ ਕਾਤਲ UP ਅਤੇ ਦੂਜਾ ਪੰਜਾਬ ਦਾ ਦੱਸਿਆ ਜਾ ਰਿਹਾ। ਗੁਰਦੁਆਰਾ ਨਾਨਕ ਮੱਤਾ ਦੇ ਵਿੱਚ ਵੜ ਕੇ ਦਰਅਸਲ ਬਾਬਾ ਤਰਸੇਮ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਸਨ। ਉਸ ਦਿਨ ਦੀਆਂ ਤੁਹਾਨੂੰ ਅਸੀਂ ਨਾਲੇ CCTV ਤਸਵੀਰਾਂ ਵਿਖਾ ਰਹੇ ਹਾਂ। ਉੱਤਰਾਖੰਡ ਦੇ DGP ਅਭਿਵੰਦ ਕੁਮਾਰ ਨੇ ਘਟਨਾ ਸਥਲ ਦਾ ਦੌਰਾ ਵੀ ਕੀਤਾ ਅਤੇ ਜਾਂਚਕਾਰੀ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਗਈ। DGP ਨੇ ਜਲਦ ਤੋਂ ਜਲਦ ਮਾਮਲਾ ਹੱਲ ਕਰਨ ਦੇ ਨਿਰਦੇਸ਼ ਦਿੱਤੇ ਨੇ। ਉੱਤਰਾਖੰਡ ਪੁਲਿਸ ਨੇ ਜਾਂਚ ਦੇ ਲਈ 11 ਟੀਮਾਂ ਦਾ ਗਠਨ ਕਰ ਦਿੱਤਾ ਹੈ। ਉੱਤਰਾਖੰਡ ਤੋਂ ਇਲਾਵਾ ਪੰਜਾਬ, UP, ਹਰਿਆਣਾ ਅਤੇ ਦਿੱਲੀ ਵੀ ਟੀਮਾਂ ਭੇਜੀਆਂ ਗਈਆਂ ਨੇ।